ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਸਾਰੇ ਨੂੰ, ਨਮਸਤੇ, ਹੈਲੋ, ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ। ਅੱਜ ਆਪਾਂ ਕਰਾਂਗੇ ਸੋਹਣਾ ਜਿਹਾ ਹੇਅਰ ਸਟਾਈਲ। ਚਲੋ ਕਰਦੇ ਹਾਂ ਸਟਾਰਟ। ਸਭ ਤੋਂ ਪਹਿਲਾਂ ਆਪਾਂ ਵਾਲਾਂ ਨੂੰ ਕੌਮ ਕਰ ਲਿਆ ਹੋਇਆ ਆ। ਕੌਮ ਕਰਨ ਤੋਂ ਬਾਅਦ ਆਪਾਂ ਕਰਨੀ ਆ ਪਾਰਟੀਸ਼ਨ। ਪਾਰਟੀਸ਼ਨ ਆਪਾਂ ਕਰਨੀ ਆ ਇੱਧਰੋਂ ਚੱਕ ਲਿਆ ਬਾਲ, ਚੱਕਣ ਤੋਂ ਬਾਅਦ ਆਪਾਂ ਦੂਸਰੀ ਸਾਈਡ ਤੋਂ ਆਪਾਂ ਪਾਰਟੀਸ਼ਨ ਕਰ ਲਈ ਇੱਕ ਸਾਈਡ ਤੋਂ। ਤੁਸੀਂ ਦੇਖ ਸਕਦੇ ਹਾਂ ਆਪਾਂ ਟੇਲਕੋਮ ਦੀ ਹੈਲਪ ਨਾਲ ਬਿਲਕੁਲ ਸਿੱਧੀ ਜਿਹੀ ਪਾਰਟੀਸ਼ਨ ਕਰ ਲੈਂਦੇ ਹਾਂ। ਇਹਨੂੰ ਆਪਾਂ ਕਰ ਲਿਆ, ਦੇਖ ਸਕਦੇ ਹਾਂ ਆਪਾਂ ਬੋਥ ਸਾਈਡ ਤੋਂ ਜਿਹੜੀ ਪਾਰਟੀਸ਼ਨ ਬਹੁਤ ਕਲੀਅਰ ਜੀ ਕਰ ਲਈ ਆ, ਇੱਧਰੋਂ ਵੀ ਅਤੇ ਇੱਧਰੋਂ ਵੀ ਦੋਨਾਂ ਸਾਈਡ ਤੋਂ। ਕਰਨ ਤੋਂ ਬਾਅਦ ਆਪਾਂ ਲਿਆ ਸੈਂਟਰ ਤੋਂ ਇੱਕ ਫਰੰਟ, ਇਹ ਆਪਾਂ ਲੈ ਲਿਆ। ਇਹਨਾਂ ਦਿਨ ਬੜੀ ਪੜਨ ਪਿੱਛੇ ਵਾਲੇ ਵਾਲਾ ਮੌਕਾ ਕਰ ਲਿਆ ਸਿਕਿਓਰ, ਕਰ ਲਿਆ ਆਪਾਂ ਸਿਕਿਓਰ। ਹੁਣ ਲੈ ਲਿਆ ਆਪਾਂ ਫਰੰਟ ਵਾਲੇ ਵਾਲਾਂ ਨੂੰ। ਇਹ ਵਾਲਾਂ ਨੂੰ ਲੈ ਕੇ ਆਪਾਂ ਇਹਦੇ ਉੱਤੇ ਪਾ ਦੇਣੀ ਆ ਰਬੜ। ਰਬੜ ਪਾ ਕੇ ਆਪਾਂ ਇਹਦੀ ਪੋਨੀ ਕਰ ਲੈਣੀ। ਰਬੜ ਪਾ ਕੇ ਬਾਅਦ 'ਚ ਆਪਾਂ ਟੋਪ ਡਿਟੇਲ ਲੈ ਲਈ। ਟੋਪਸੀ ਟੇਲ ਦੀ ਹੈਲਪ ਦੇ ਨਾਲ ਆਪਾਂ ਵਾਲਾਂ ਨੂੰ ਪਿੱਛੇ ਲੈ ਲਿਆ। ਇਹ ਵਾਲ ਲਏ, ਹੈਡ ਡਾਊਨ ਕਰੋ ਬੱਚੇ। ਪਹਿਲਾਂ ਟੋਪਸੀ ਟੇਲ ਅੰਦਰ ਗਈ ਵਾਲਾਂ ਦੇ, ਵਾਲਾਂ ਤੋਂ ਫਿਰ ਵਾਲ ਵਿੱਚ ਲੈ ਲਏ। ਵਿੱਚ ਚਲੇ ਗਏ ਅਤੇ ਪਿੱਛੇ ਵੀ ਆਪਾਂ ਇਹਨਾਂ ਨੂੰ ਉੱਧਰ ਕਰ ਲਿਆ। ਇਹ ਹੋ ਗਿਆ। ਹੁਣ ਆਪਾਂ ਕਰਨਾ ਹੈ ਨੈਕਸਟ, ਜਿਹੜੇ ਵਾਲ ਆ ਇਹਨਾਂ ਦੇ ਉੱਤੇ ਰਬੜ ਪਾ ਲੈਣੀ ਹੈ। ਲਾਸਟ ਪਾਰਟ ਜਿਹੜੇ ਹੇਅਰਸ ਆ ਆਪਾਂ ਇਹਨਾਂ ਦੇ ਉੱਪਰ ਰਬੜ ਪਾ ਲਈ ਆ। ਰਬੜ ਪਾ ਕੇ ਫਿਰ ਆਪਾਂ ਟੋਪਸੀ ਟੇਲ ਵਾਪਸ ਲੈਣੀ ਆ। ਹੁਣ ਆਪਾਂ ਹੇਅਰ ਲੈ, ਹੇਅਰ ਦੇ ਵਿੱਚ ਇਹਨੂੰ ਵੀ ਆਪਾਂ ਵਿੱਚ ਪਾਇਆ, ਫਰੰਟ ਵਾਲੀ ਪੋਨੀ ਨੂੰ। ਇਹਦੇ ਸਾਰੇ ਵਾਲ ਆਪਾਂ ਵਿੱਚ ਲਏ। ਇਹਨਾਂ ਨੂੰ ਲੈਣ ਤੋਂ ਬਾਅਦ ਜਿਹੜੇ ਇਹ ਵਾਲੇ ਫਰੰਟ ਵਾਲੇ ਬੈਕ ਵਾਲੇ ਹੇਅਰਸ ਆ, ਸੋਰੀ ਬੈਕ ਵਾਲੇ ਹੇਅਰਸ ਆ ਅਤੇ ਫਰੰਟ ਵਾਲੇ ਹੇਅਰਸ ਆ, ਇਹਨਾਂ ਦੋਨਾਂ ਨੂੰ ਆਪਾਂ ਵਿੱਚ ਕੀਤਾ ਅਤੇ ਆਪਾਂ ਬੈਕ ਦੇ ਇਹਨੂੰ ਪਿੱਛੇ ਲੈ ਲਏ ਸਾਰੇ ਹੇਅਰਸ ਨੂੰ। ਹੈਡਾਂ ਪੂਰਾ ਪ੍ਰੋਪਰਲੀ, ਇਹ ਆਪਣਾ ਫਰੰਟ ਤੋਂ ਹੋ ਗਿਆ ਹੇਅਰ ਸਟਾਈਲ, ਅਪ ਚਿੰਨ ਅਪ ਚਿੰਨ, ਅਤੇ ਇਹ ਆਪਣੀ ਹੋ ਗਈ ਬੈਕ ਤੋਂ ਹੇਅਰ ਸਟਾਈਲ। ਇਹ ਆਪਣਾ ਹੇਅਰ ਸਟਾਈਲ ਕੰਪਲੀਟ ਆ। ਹੁਣ ਆਪਾਂ ਕੋਈ ਵੀ ਹੇਅਰ ਅਸੈਸਰੀ ਲੈ ਕੇ ਆਪਾਂ ਹੇਅਰਸ ਦੇ ਉੱਪਰ ਲਾ ਸਕਦੇ ਹਾਂ, ਜਿਹੜੀ ਵੀ ਬੱਚੇ ਨੂੰ ਪਸੰਦ ਹੋਵੇ ਉਹਨੂੰ ਮੈਂ ਲਗਾ ਦਿੱਤਾ। ਹੇਅਰ ਸਟਾਈਲ ਕੰਪਲੀਟ ਹੋ ਗਿਆ। ਸਾਨੂੰ ਉਮੀਦ ਹੈ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਊਗੀ। ਜੇ ਤੁਹਾਨੂੰ ਪਸੰਦ ਆਈ ਤਾਂ ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਸਾਡਾ ਚੈਨਲ। ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ। ਥੈਂਕ ਯੂ, ਬਾਏ ਬਾਏ।